ਹਾਂ ਤਾਂ ਪਿਆਰੇ ਬੱਚੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਅਧੀਨ ਆਪਾਂ ਬੇਟਾ ਸੰਖਿਆਵਾਂ ਵਾਲਾ ਚੈਪਟਰ ਸ਼ੁਰੂ ਕੀਤਾ ਹੋਇਆ, ਉਹਦੇ ਬੇਟਾ ਆਪਾਂ 40 ਤੱਕ ਸਵਾਲ ਕਰ ਚੁੱਕੇ ਹਾਂ ਅਤੇ 41 ਨੰਬਰ ਸਵਾਲ ਦੇ ਉੱਤੇ ਪਹੁੰਚੇ ਹੋਏ ਹਾਂ ਬੇਟਾ। ਹੁਣ ਆਪਾਂ 41 ਨੰਬਰ ਸਵਾਲ ਦੇਖਦੇ ਹਾਂ। ਕਹਿੰਦਾ, ਰੋਮਨ ਸੰਖਿਆਤਮਕ ਪ੍ਰਣਾਲੀ ਵਿੱਚ 225 ਨੂੰ ਕਿਵੇਂ ਦਰਸਾਇਆ ਜਾ ਸਕਦਾ? ਬੇਟਾ ਆ 100 ਸੀ, 100 ਅਤੇ 100 200, ਆ 210, ਆ 220 ਅਤੇ ਆ 5, ਆ 225। ਠੀਕ ਹੈ ਬੇਟਾ, ਸੀ ਐਕਸ ਐਕਸ ਵੀ। ਤਾਂ ਬੇਟਾ ਆਹ A1 ਹੀ ਸਾਡਾ ਰਾਈਟ ਆਂਸਰ ਆਉਂਦਾ ਪਿਆ। A1 ਨੂੰ ਇਹਦੇ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ 42 ਨੰਬਰ ਸਵਾਲ ਆ ਗਿਆ। ਕਹਿੰਦਾ 100 ਮਿਲੀਅਨ ਬਰਾਬਰ ਹੈ, ਤਾਂ 100 ਮਿਲੀਅਨ ਬਰਾਬਰ ਹੈ ਬੇਟਾ ਇਹ ਆਪਾਂ ਕਿਸ ਤਰ੍ਹਾਂ ਕੱਢਾਂਗੇ? ਵੀ ਅਸੀਂ ਇਹਦੇ ਅੰਕੜੇ ਲਿਖ ਲੈਂਦੇ ਹਾਂ। ਅੰਕੜੇ ਕਿਵੇਂ ਲਿਖਦੇ ਬੇਟਾ? ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਹਿ ਹਜ਼ਾਰ, 100 ਹਜ਼ਾਰ, 100 ਹਜ਼ਾਰ, ਮਿਲੀਅਨ, ਦਹਿ ਮਿਲੀਅਨ ਅਤੇ 100 ਮਿਲੀਅਨ। 100 ਮਿਲੀਅਨ, ਠੀਕ ਹੈ ਬੇਟਾ। ਤਾਂ ਇੱਥੇ ਬੇਟਾ ਆਪਾਂ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਹਿ ਹਜ਼ਾਰ, 100 ਹਜ਼ਾਰ, ਮਿਲੀਅਨ, ਦਹਿ ਮਿਲੀਅਨ, 100 ਮਿਲੀਅਨ, ਠੀਕ ਹੈ ਬੇਟਾ। ਤਾਂ ਆਪਾਂ ਇੱਥੋਂ ਆਪਾਂ ਪੜ੍ਹ ਲੈਂਦੇ ਹਾਂ ਆਪਣੇ ਇਕਾਈਆਂ ਦਹਾਈਆਂ। ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਹਿ ਹਜ਼ਾਰ, ਲੱਖ, ਦਹਿ ਲੱਖ, ਕਰੋੜ, ਦਹਿ ਕਰੋੜ, ਠੀਕ ਹੈ ਬੇਟਾ। ਤਾਂ ਆਪਣਾ ਕਿਹਦੇ ਬਰਾਬਰ ਚਲਾ ਗਿਆ ਇਹ? 100 ਮਿਲੀਅਨ ਦਹਿ ਕਰੋੜ ਦੇ। ਤਾਂ 42 ਨੰਬਰ ਦਾ ਬੇਟਾ ਕੀ ਆਂਸਰ ਆਊਗਾ? 100 ਮਿਲੀਅਨ ਬਰਾਬਰ 10 ਕਰੋੜ, ਠੀਕ ਹੈ। ਇਹ ਬੇਟਾ C1 ਸਾਡਾ ਰਾਈਟ ਆਂਸਰ ਆ ਜਾਊਗਾ, ਠੀਕ ਹੈ ਬੇਟਾ। ਤਾਂ ਸੀ ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ 1 ਕਰੋੜ ਬਰਾਬਰ ਹੈ। ਤਾਂ 1 ਕਰੋੜ ਬਰਾਬਰ ਹੈ ਬੇਟਾ ਉਸੇ ਤਰ੍ਹਾਂ ਹੀ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਹਿ ਹਜ਼ਾਰ, ਲੱਖ, ਦਹਿ ਲੱਖ ਅਤੇ ਕਰੋੜ, ਠੀਕ ਹੈ। ਤਾਂ ਦੂਜੇ ਪਾਸੇ ਬੇਟਾ ਕੀ ਆਊਗਾ? ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਹਿ ਹਜ਼ਾਰ, 100 ਹਜ਼ਾਰ, ਮਿਲੀਅਨ, ਦਹਿ ਮਿਲੀਅਨ, ਠੀਕ ਹੈ। ਤਾਂ ਬੇਟਾ 10 ਮਿਲੀਅਨ, 1 ਕਰੋੜ ਬਰਾਬਰ ਹੈ 10 ਮਿਲੀਅਨ। B1 ਸਾਡਾ ਰਾਈਟ ਆਂਸਰ ਆਊਗਾ। B1 ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਹੇਠ ਦਿੱਤੇ ਨੰਬਰਾਂ ਨੂੰ ਵਾਧੇ ਕ੍ਰਮ ਵਿੱਚ ਵਿਵਸਥਿਤ ਕਰੋ। ਤਾਂ ਇਹ ਬੇਟਾ ਤੁਹਾਨੂੰ ਪਤਾ ਵਾਧੇ ਕ੍ਰਮ ਦੇ ਵਿੱਚ ਲਿਖਣ ਦੇ ਲਈ ਪਹਿਲਾਂ ਸਭ ਤੋਂ ਛੋਟੀ ਰਕਮ, ਫਿਰ ਉਦੋਂ ਵੱਡੀ, ਫਿਰ ਉਦੋਂ ਵੱਡੀ, ਫਿਰ ਉਦੋਂ ਵੱਡੀ। ਤਾਂ ਆ ਬੇਟਾ ਆਪਾਂ ਰਕਮਾਂ ਪੜ੍ਹ ਲੈਂਦੇ ਹਾਂ ਤਿੰਨਾਂ ਤੋਂ ਬਾਅਦ ਕੌਮਾ ਲਾ ਕੇ। ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਆ D1 ਹੈ ਜਿਹੜੀ ਬੇਟਾ ਧਿਆਨ ਨਾਲ ਦੇਖਾਂਗੇ। ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਹਿ ਹਜ਼ਾਰ, ਲੱਖ, ਦਹਿ ਲੱਖ, 43,97,234, 43,97,234, 43,97,234,
97,625, 43,97,862। ਤਾਂ ਇਹ ਬੇਟਾ ਜਿਹੜਾ ਹੈਗਾ ਆ, ਆ D1 ਸਾਡਾ ਚੜ੍ਹਦੇ ਕ੍ਰਮ ਦੇ ਵਿੱਚ ਆਉਂਦਾ ਪਿਆ ਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 45, ਕਹਿੰਦਾ ਹੇਠਾਂ ਦਿੱਤੇ ਨੰਬਰਾਂ ਨੂੰ ਵੱਧਦੇ ਕ੍ਰਮ ਵਿੱਚ ਵਿਵਸਥਿਤ ਕਰੋ। ਤਾਂ ਬੇਟਾ ਵੱਧਦੇ ਕ੍ਰਮ ਦੇ ਵਿੱਚ ਵਿਵਸਥਿਤ ਕਰਨੇ ਆ ਇਹ ਨੰਬਰ। ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਦੇਖਦੇ ਹਾਂ ਤਾਂ A1 ਦੇ ਵਿੱਚ ਦੇਖੋ 96,53,216, 96,53,361, 96,53,816, 96,53,861। ਤਾਂ ਇਹ ਬੇਟਾ ਆ ਗਿਆ ਆਪਣਾ A1 ਰਾਈਟ ਆਂਸਰ ਆ ਗਿਆ। ਵੱਧਦੇ ਕ੍ਰਮ ਦੇ ਵਿੱਚ ਲਿਖੋ, ਇਹ ਬੇਟਾ ਤੁਹਾਨੂੰ ਆਉਂਦੀਆਂ ਰਕਮਾਂ ਪੜ੍ਹਨੀਆਂ ਆਉਂਦੀਆਂ ਤਾਂ ਬੜੀ ਅਸੀਂ ਆਸਾਨੀ ਦੇ ਨਾਲ ਇਹਨੂੰ ਕਰ ਸਕਦੇ ਹਾਂ, ਠੀਕ ਹੈ ਬੇਟਾ। ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 46। ਤਾਂ ਸਵਾਲ ਨੰਬਰ 46 ਦੇ ਵਿੱਚ ਕੀ ਕਹਿੰਦਾ ਪਿਆ, ਕਹਿੰਦਾ ਜੇਕਰ PQ ਦੀ ਅਗੇਤਰ ਸੰਖਿਆ ਹੈ ਤਾਂ P-1 ਦਾ ਮੁੱਲ ਕੀ ਹੋਵੇਗਾ। ਹਾਂ ਬੇਟਾ, ਤਾਂ ਕਹਿੰਦਾ PQ ਦੀ ਅਗੇਤਰ ਸੰਖਿਆ ਤਾਂ P-Q, ਇੱਥੇ ਬੇਟਾ ਅਸਲ ਦੇ ਵਿੱਚ ਕਿਊ ਹੈਗਾ, ਭੁਲੇਖੇ ਨਾਲ ਇੱਕ ਆ ਜਿਹੜਾ ਉਹ ਲਿਖਿਆ ਗਿਆ, ਤਾਂ ਇਹ ਰਕਮ ਤੁਹਾਡੇ ਕੋਲ ਠੀਕ ਪਹੁੰਚੂਗੀ। PQ ਦੀ ਅਗੇਤਰ ਸੰਖਿਆ, ਤਾਂ ਇਹਦਾ ਮਤਲਬ ਪੀ ਜਿਹੜੀ ਹੈ ਇੱਕ ਵੱਧ ਆ ਨਾ ਕਿਊ ਨਾਲੋਂ। P=Q+1, ਕਿਉਂਕਿ ਪੀ ਹੈ ਜਿਹੜੀ ਕਿਊ ਦੀ ਅਗੇਤਰ ਸੰਖਿਆ ਆ, ਉਹਦੇ ਤੋਂ ਅਗਲੀ ਸੰਖਿਆ ਆ, ਠੀਕ ਹੈ। ਤਾਂ P-Q ਦਾ ਮੁੱਲ ਕੀ ਹੋਵੇਗਾ, PQ ਦੀ ਅਗੇਤਰ ਸੰਖਿਆ ਆ, ਠੀਕ ਹੈ। ਤਾਂ P-Q ਕਿੰਨਾ ਆਊਗਾ ਬੇਟਾ ਫਿਰ, ਕਿਉਂਕਿ ਅਗੇਤਰ ਸੰਖਿਆ ਅਗਲੀ ਸੰਖਿਆ ਹੈਗੀ ਹੈ। ਜੇ ਮੰਨ ਲਓ ਕਿਊ 40 ਆ ਤਾਂ P-44 ਆ, ਠੀਕ ਹੈ। ਤਾਂ P-Q ਕਿੰਨਾ ਆਊਗਾ ਬੇਟਾ, ਇੱਕ ਉੱਤਰ ਆ ਜਾਊਗਾ ਇਹਦਾ, ਠੀਕ ਹੈ। ਅਗੇਤਰ ਸੰਖਿਆ ਨਾ P-Q=1 ਆਂਸਰ ਬਣ ਜਾਊਗਾ ਇਹਦਾ। ਤਾਂ ਅਸੀਂ B1 ਨੂੰ ਐਜ਼ ਏ ਰਾਈਟ ਆਂਸਰ ਟਿੱਕ ਕਰ ਦੇਵਾਂਗੇ, ਠੀਕ ਹੈ ਬੇਟਾ। ਤਾਂ ਅੱਗੇ ਬੇਟਾ ਸਵਾਲ ਆ ਗਿਆ 47, ਕਹਿੰਦਾ 9,999 ਦਾ ਅਗਲਾ ਨੰਬਰ ਕੀ ਹੈ। ਤਾਂ ਇਦੋਂ ਅਗਲਾ ਨੰਬਰ ਬੇਟਾ 10,000, ਇੱਕ ਜੋੜਾਂਗੇ ਤਾਂ ਇਹ 10,000 ਬਣ ਜਾਣਾ। C1 ਸਾਡਾ ਰਾਈਟ ਆਂਸਰ ਆਜੂ, C1 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 48, ਕਹਿੰਦਾ 100,000, ਠੀਕ ਹੈ, ਜਾਂ 1,00,000 ਦੀ ਕਹਿੰਦਾ ਪਿਛਲੀ ਸੰਖਿਆ ਕੀ ਹੈ ਬੇਟਾ। ਤਾਂ ਬੇਟਾ ਜਦੋਂ ਅਸੀਂ ਇਹਦੇ 'ਚੋਂ 1 ਘਟਾ ਦੇਵਾਂਗੇ ਤਾਂ ਇਹ ਆਜੂਗੀ 99,999, ਠੀਕ ਹੈ। ਜਦੋਂ ਬੇਟਾ ਤੁਸੀਂ ਇਹਦੇ ਵਿੱਚ ਘਟਾਓਗੇ 1 ਇਹਦੇ ਨਾਲ, 1, 2, 1, 2, 3 -1, 10 ਚੋਂ 1 ਗਏ 9, 9 ਦੇ 9, 99,999 ਉੱਤਰ ਆਊਗਾ ਇਹਦਾ। ਤਾਂ ਬੇਟਾ B1 ਹੈ ਜਿਹੜਾ ਸਾਡਾ ਰਾਈਟ ਆਂਸਰ ਬਣਦਾ ਪਿਆ, B1 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 49, ਕਹਿੰਦਾ 8,49,632 ਦੀਆਂ ਅਗੇਤਰ ਅਤੇ ਪਿਛੇਤਰ ਸੰਖਿਆਵਾਂ ਵਿੱਚ ਅੰਤਰ
ਕਿੰਨਾ ਹੋਵੇਗਾ? ਬੇਟਾ ਅਗੇਤਰ ਸੰਖਿਆ ਇਹਦੇ ਤੋਂ ਇੱਕ ਵੱਧ ਹੋਊਗੀ, ਪਿਛੇਤਰ ਸੰਖਿਆ ਇਹਦੇ ਤੋਂ ਇੱਕ ਘੱਟ ਹੋਊਗੀ, ਠੀਕ ਹੈ। ਤਾਂ ਅਗੇਤਰ ਸੰਖਿਆ ਕਿੰਨੀ ਹੋਊਗੀ ਬੇਟਾ ਇਹਦੀ? ਅਗੇਤਰ ਸੰਖਿਆ ਬਣ ਗਈ 849633, 849633। ਅਤੇ ਪਿਛੇਤਰ ਸੰਖਿਆ ਕਿੰਨੀ ਹੋ? 849631, 849631। ਤਾਂ ਇਹ ਤਿੰਨਾਂ 'ਚੋਂ ਅੱਗੇ ਦੋ, ਬਾਕੀ ਸਾਰੇ 0-0 ਹੀ ਰਹਿ ਜਾਣੇ। ਤਾਂ ਦੋ ਹੀ ਅੰਤਰ ਆ ਗਿਆ ਨਾ ਇਹਦੇ ਵਿੱਚ, ਅਗੇਤਰ ਅਤੇ ਪਿਛੇਤਰ ਸੰਖਿਆਵਾਂ ਵਿੱਚ ਕੀ ਅੰਤਰ ਹੈ? ਤਾਂ ਦੋ ਉੱਤਰ ਆਊਗਾ। ਇਹ ਬੇਟਾ ਅਸੀਂ A1 ਨੂੰ ਰਾਈਟ ਆਂਸਰ ਟਿਕ ਕਰ ਦੇਵਾਂਗੇ। ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 49, ਠੀਕ ਹੈ। ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 50। ਕਹਿੰਦਾ ਜੇਕਰ AB ਦਾ ਅਗੇਤਰ ਸੰਖਿਆ ਹੈ ਅਤੇ CB ਦੀ ਪਿਛੇਤਰ ਸੰਖਿਆ ਹੈ ਤਾਂ C-A ਦਾ ਮੁੱਲ ਕਿੰਨਾ ਹੋਵੇਗਾ? AB ਦੀ ਬੇਟਾ ਥੋੜ੍ਹਾ ਜਿਹਾ ਇਹ ਕਨਫਿਊਜ਼ ਕਰਦਾ ਪਿਆ, ਤੁਸੀਂ ਇੱਥੇ ਕੋਈ ਵੀ ਅੰਕੜਾ ਲੈ ਲਓ। B ਦਾ ਅੰਕੜਾ ਮੰਨ ਲਓ 5 ਲੈ ਲਓ, ਠੀਕ ਹੈ। ਤਾਂ B ਹੈ ਜਿਹੜਾ 5 ਆ, AB ਦੀ ਅਗੇਤਰ ਸੰਖਿਆ A 6 ਹੋਊਗੀ ਬੇਟਾ, ਤਾਂ CB ਦੀ ਪਿਛੇਤਰ ਸੰਖਿਆ C ਕਿੰਨੀ ਹੋਊਗੀ ਬੇਟਾ? 4 ਹੋਊਗੀ, B ਦੀ ਪਿਛੇਤਰ 4 ਹੋਊਗੀ ਨਾ। ਤਾਂ ਅੱਗੇ ਕੀ ਕਹਿੰਦਾ ਪਿਆ? ਤਾਂ C-A, C ਕਿੰਨੀ ਹੈ? 4, ਅਤੇ ਮਾਈਨਸ C-A 4 ਮਾਈਨਸ 6 ਕਿੰਨੇ ਬਣ ਗਏ ਬੇਟਾ? ਮਾਈਨਸ ਦੇ 2। ਇਹ ਧਿਆਨ ਰੱਖਣਾ ਬੇਟਾ, ਜਿਹੜੇ ਨਿਸ਼ਾਨੀ ਵੱਡੀ ਹੁੰਦੀ ਉੱਤਰ ਉਹਦੇ ਵਿੱਚ ਆਉਂਦਾ ਆ, ਠੀਕ ਹੈ। ਤਾਂ ਇਹਦੇ ਵਿੱਚ ਬੇਟਾ D1 ਹੈ ਜਿਹੜਾ ਸਾਡਾ ਰਾਈਟ ਆਂਸਰ ਬਣਦਾ ਪਿਆ, -2। ਤਾਂ D1 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 50। ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।